ਵਰਤਮਾਨ ਮਿਲ ਦੇ ਸਾਹਮਣੇ ਵੈਨ ਤੇ ਗੱਡੀ ਕਢਾ ਕੇ ਵਿੱਚ ਆ ਦੇਖੋ ਪੁੱਠੇ ਰਾਹ ਗੱਡੀ ਲੈ ਗਿਆ ਡਰਾਈਵਰ। ਸਕੂਲ ਦੇ ਬੱਚੇ ਵਿਚਾਰੇ ਫਸੇ ਪਏ, ਅੱਧਾ ਪੌਣੇ ਘੰਟੇ ਤੋਂ ਦੇਖ ਰਹੇ ਆ। ਆ ਦੇਖੋ ਵਰਤਮਾਨ ਗਰਾਊਂਡ ਜਿੱਥੇ ਦੁਸ਼ਹਿਰਾ ਲੱਗਦਾ। ਕੱਚੇ ਰਸਤੇ ਤੋਂ ਲੰਘ ਰਹੀ ਇੱਕ ਸਕੂਲ ਦੀ ਵੈਨ ਅਚਾਨਕ ਹੀ ਟੋਏ ਦੇ ਵਿੱਚ ਧੱਸ ਗਈ ਹੈ, ਜਿਸ ਦੇ ਕਾਰਨ 18 ਬੱਚਿਆਂ ਦੀ ਜਾਨ ਜੋਖਮ ਦੇ ਵਿੱਚ ਪੈ ਗਈ ਅਤੇ ਕੜੀ ਮੁਸ਼ਕਲ ਤੋਂ ਬਾਅਦ ਉਹਨਾਂ ਨੂੰ ਬਾਹਰ ਕੱਢਿਆ ਗਿਆ। ਤਾਂ ਦੱਸ ਦਈਏ ਕਿ ਤਸਵੀਰਾਂ ਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੱਚੇ ਰਸਤੇ ਤੋਂ ਇਹ ਵੈਨ ਲੰਘ ਰਹੀ ਸੀ ਤਾਂ ਅਚਾਨਕ ਹੀ ਟੋਆ ਆਉਣ ਦੇ ਕਾਰਨ ਉਸ ਦੇ ਵਿੱਚ ਜੋ ਵੈਨ ਹੈ ਅਗਲਾ ਟਾਇਰ ਫਸ ਜਾਂਦਾ ਹੈ, ਜਿਸ ਤੋਂ ਬਾਅਦ ਵੈਨ ਇੱਕ ਪਾਸੇ ਨੂੰ ਹੀ ਟੇਢੀ ਹੋ ਜਾਂਦੀ ਹੈ। ਹਾਲਾਂਕਿ ਇਸ ਦੇ ਵਿੱਚ 18 ਬੱਚੇ ਸਵਾਰ ਹੁੰਦੇ ਨੇ। ਦੱਸਿਆ ਜਾ ਰਿਹਾ ਕਿ ਇਸ ਗਰਾਊਂਡ ਦੇ ਵਿੱਚੋਂ ਸ਼ੋਰਟਕੱਟ ਮਾਰਨ ਦੇ ਚੱਕਰ ਦੇ ਵਿੱਚ ਡਰਾਈਵਰ ਦੇ ਵੱਲੋਂ ਬੱਸ ਨੂੰ ਕੱਢਿਆ ਜਾਂਦਾ, ਵੈਨ ਨੂੰ ਕੱਢਿਆ ਜਾਂਦਾ ਅਤੇ ਜਦੋਂ ਕੱਢ ਰਿਹਾ ਹੁੰਦਾ ਬਰਸਾਤ ਜ਼ਿਆਦਾ ਹੋਣ ਦੇ ਕਾਰਨ ਪਾਣੀ ਖੜ੍ਹਾ ਹੁੰਦਾ ਅਤੇ ਮਿੱਟੀ ਜੋ ਹੈ ਉਹ ਕਾਫ਼ੀ ਨਰਮ ਹੋਈ ਹੁੰਦੀ ਹੈ ਅਤੇ ਜੋ ਵੈਨ ਦਾ ਅਗਲਾ ਟਾਇਰ ਹੈ ਉਹ ਉਸਦੇ ਵਿੱਚ ਹੀ ਫਸ ਜਾਂਦਾ ਹੈ। ਹਾਲਾਂਕਿ ਉਸਦੇ ਵਿੱਚ 18 ਬੱਚੇ ਸਵਾਰ ਦੱਸੇ ਜਾ ਰਹੇ ਨੇ, ਬੱਚੇ ਵੀ ਉਤਰ ਨਹੀਂ ਪਾਉਂਦੇ ਕਿਉਂਕਿ ਪਾਣੀ ਕਾਫ਼ੀ ਜ਼ਿਆਦਾ ਹੁੰਦਾ। ਜਿਸ ਤੋਂ ਬਾਅਦ ਦੱਸਿਆ ਜਾ ਰਿਹਾ ਕਿ ਦੂਸਰੀ ਸਕੂਲ ਦੀ ਇੱਕ ਬੱਸ ਬੁਲਾਈ ਜਾਂਦੀ ਹੈ, ਟੋਚਨ ਪਾ ਕੇ ਇਸ ਵੈਨ ਨੂੰ ਬਾਹਰ ਕੱਢਿਆ ਜਾਂਦਾ। ਤਾਂ ਕੱਚੇ ਰਸਤੇ ਤੋਂ ਲੰਘ ਰਹੀ ਸੀ ਇਹ ਇੱਕ ਨਿੱਜੀ ਸਕੂਲ ਦੀ ਵੈਨ ਅਤੇ ਮਿੱਟੀ ਧੱਸਣ ਦੇ ਕਾਰਨ ਪਾਣੀ ਦੇ ਵਿੱਚ ਹੀ ਫਸ ਜਾਂਦੀ ਹੈ ਅਤੇ 17 ਤੋਂ 18 ਦੇ ਕਰੀਬ ਇਸ ਦੇ ਵਿੱਚ ਬੱਚੇ ਸਵਾਰ ਹੁੰਦੇ ਨੇ। ਤਾਂ ਤਸਵੀਰਾਂ ਤੁਹਾਨੂੰ ਦੱਸ ਦਈਏ ਕਿ ਲੁਧਿਆਣਾ ਦੇ ਵਰਧਮਾਨ ਨਜ਼ਦੀਕ ਗਲਾਡਾ ਗਰਾਊਂਡ ਤੋਂ ਸਾਹਮਣੇ ਆਈਆਂ ਨੇ, ਜਿੱਥੇ ਕਿ ਬੱਚਿਆਂ ਦੇ ਨਾਲ ਭਰੀ ਇੱਕ ਵੈਨ ਕੱਚੇ ਰਸਤੇ ਦੇ ਜ਼ਰੀਏ ਇਸ ਗਰਾਊਂਡ ਦੇ ਵਿੱਚੋਂ ਲੰਘ ਰਹੀ ਸੀ ਕਿ ਅਚਾਨਕ ਮਿੱਟੀ ਧੱਸਣ ਕਾਰਨ ਇਹ ਵੈਨ ਪਾਣੀ ਦੇ ਵਿੱਚ ਹੀ ਫਸ ਗਈ। ਦੱਸ ਦਈਏ ਕਿ ਇਸ ਬੱਸ ਦੇ ਵਿੱਚ 17 ਤੋਂ 18 ਬੱਚੇ ਸਵਾਰ ਸੀ ਅਤੇ ਬੱਚਿਆਂ ਨੂੰ ਵੀ ਕੜੀ ਮੁਸ਼ਕਲ ਤੋਂ ਬਾਅਦ ਬਾਹਰ ਕੱਢਿਆ ਗਿਆ ਅਤੇ ਦੂਸਰੀ ਬੱਸ ਮੰਗਵਾ ਕੇ ਉਹਨਾਂ ਨੂੰ ਇਸ ਬੱਸ ਦੇ ਵਿੱਚ ਸ਼ਿਫਟ ਕੀਤਾ ਅਤੇ ਉਸੇ ਬੱਸ ਦੇ ਨਾਲ ਦੱਸਿਆ ਜਾ ਰਿਹਾ ਕਿ ਟੋਚਨ ਪਾ ਕੇ ਵੈਨ ਨੂੰ ਬਾਹਰ ਕੱਢਿਆ ਗਿਆ। ਤਾਂ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਚਾਲਕ ਦੇ ਵੱਲੋਂ ਵੀ ਇੱਕ ਵੱਡੀ ਲਾਪਰਵਾਹੀ ਵਰਤੀ ਗਈ ਹੈ, ਕਿਉਂਕਿ ਜਦ ਪਤਾ ਕਿ ਮੈਦਾਨ ਕੱਚਾ ਪਾਣੀ ਵਿੱਚ ਰੁਕਿਆ ਹੋਇਆ ਤਾਂ ਕੁਛ ਵੀ ਇਸ ਮੈਦਾਨ ਦੇ ਵਿੱਚ ਹੋ ਸਕਦਾ, ਕਿਉਂਕਿ ਅਕਸਰ ਹੀ ਦੇਖਣ ਦੇ ਵਿੱਚ ਆਉਂਦਾ ਸੜਕਾਂ ਦੇ ਕਿਨਾਰੇ ਵੀ ਗੱਡੀਆਂ ਤਾਂ ਹੀ ਫਸਦੀਆਂ ਨੇ ਜਦੋਂ ਕੱਚੇ ਥਾਂ ਦੇ ਉੱਤੇ ਗੱਡੀ ਉਤਾਰ ਲਈ ਜਾਂਦੀ ਹੈ, ਬਾਰਿਸ਼ ਹੋਈ ਵੀ ਹੁੰਦੀ ਹੈ, ਮਿੱਟੀ ਨਰਮ ਹੁੰਦੀ ਹੈ ਅਤੇ ਜਿਸ ਦੇ ਕਾਰਨ ਕੋਈ ਨਾ ਕੋਈ ਵੱਡਾ ਹਾਦਸਾ ਵੀ ਵਾਪਰ ਜਾਂਦਾ। ਤਾਂ ਅਜਿਹੀ ਗਨੀਮਤ ਰਹੀ ਹੈ ਕਿ ਕੋਈ ਹਾਦਸਾ ਤਾਂ ਨਹੀਂ ਵਾਪਰਿਆ, ਪਰ ਕਿਤੇ ਨਾ ਕਿਤੇ ਕਿਹਾ ਜਾ ਸਕਦਾ ਕਿ ਬੱਚਿਆਂ ਦੀ ਜ਼ਿੰਦਗੀ ਨੂੰ ਜੋਖਮ ਦੇ ਵਿੱਚ ਜ਼ਰੂਰ ਪਾਇਆ ਗਿਆ। ਕਿੰਨੇ ਵਜੇ ਗਏ ਸੀ ਘਰੋਂ, ਕਿੰਨੇ ਵਜੇ ਤੁਰੇ ਸੀ? ਆਹ ਦੇਖ ਲਓ ਜੀ ਹਾਲ ਬੱਚਿਆਂ ਦੇ, ਆਹ ਗ੍ਰੀਨਲੈਂਡ ਸਕੂਲ ਦਾ ਹਾਲ ਹੈ, ਨਾ ਇਹਨਾਂ ਕੋਲ ਬੈਨ ਹੀ ਹੈ ਨਹੀਂ ਚਾਹੀਦੀ। ਆਹ ਦੇਖ ਲਾ ਜੀ ਬੇਇੱਜ਼ਤੀ ਹੋ ਰਹੀ ਹੈ, ਆਹ ਦੇਖੋ ਵੀ ਕੱਚੇ ਰਾਹ ਗੱਡੀ, ਕੱਚੇ ਰਾਹ ਬਾਰੇ ਗੱਡੀ ਉਤਾਰ ਕੇ ਵਰਧਮਾਨ ਦੇ ਬੱਚੇ ਗ੍ਰੀਨਲੈਂਡ ਦੇ ਆ। ਉਹ ਬੇਟਾ ਓਏ ਛੋਟੇ, ਕਿਹੜੇ ਸਕੂਲ ਦੇ ਹੋ, ਕੌਣ ਸਾ ਸਕੂਲ ਹੈ, ਸਕੂਲ ਕੌਣ ਸਾ ਤੁਹਾਰਾ, ਸਕੂਲ ਕੌਣ ਸਾ ਤੁਹਾਰਾ, ਕੌਣ ਸਾ ਸਕੂਲ ਕੇ ਬੱਚੇ ਹੋ ਬੇਟਾ, ਕੌਣ ਸਾ ਸਕੂਲ ਹੈ ਤੁਹਾਰਾ, ਸਕੂਲ ਕੌਣ ਸਾ ਹੈ? ਗ੍ਰੀਨਲੈਂਡ ਦੇ ਬੱਚੇ ਆ ਦੇਖੋ। ਜਿਹੜਾ ਕਿ ਤੁਹਾਨੂੰ ਗੱਡੀ ਨੰਬਰ ਵੀ ਦਿਖਾਵਾਂਗੇ ਵੀਰੇ, ਕਿਹੜੇ ਬ੍ਰਾਂਚ ਦੀ ਗੱਡੀ ਆ, ਕਿਹੜੇ ਸਕੂਲ ਦੀ ਆ, ਤੇ ਕਿਹੜੇ ਸਕੂਲ ਦੀ ਗੱਡੀ ਆ ਭਾਜੀ? ਆਪਣੇ ਸਕੂਲ ਦੀ ਨਹੀਂ ਆ, ਤੁਸੀਂ ਇੱਥੇ ਗੱਡੀ ਕਢਾਉਣ ਆਏ ਹੋ? ਅੱਛਾ,
ਤੇ ਤੁਸੀਂ ਆਪਣੀ ਪ੍ਰਾਈਵੇਟ ਬੱਸ ਕਿਹੜੇ ਤੁਸੀਂ ਵੀ ਲੈ ਕੇ ਆਇਓ ਕਿਹੜੇ ਸਕੂਲ ਦੇ ਲੈ ਕੇ ਆਇਓ? ਮੇਰੇ ਸਕੂਲ ਦੀ ਕਿਸੇ ਦੇ ਨਹੀਂ ਗਿਆ, ਆਪਣੀ ਕੰਪਨੀ। ਅੱਛਾ ਕੰਪਨੀ, ਬਟ ਉਹ ਐਂ ਤੇ ਜਿਹੜੇ ਸੀਗੇ ਸਕੂਲ ਦੇ ਬੱਚੇ ਬੈਠੇ ਸੀ ਉਹਦਾ ਵੀਰੇ ਆਪਾਂ ਨੂੰ ਨਹੀਂ ਪਤਾ ਉਹਨਾਂ ਨੂੰ।